ਨਵਾਂ ਸ਼ਹਿਰ ਵਿੱਚ ਕਨਫਿਊਜ਼ ਹੋ ਗਿਆ ਜਿਵੇਂ ਬੀਐਸਪੀ ਦੇ ਬੋਰਡ ਲੈ ਕੇ ਇੱਕ ਆਪਸੀ ਜਿਹੜੀ ਆ ਦੇਖੋ ਬੜੀ ਬੜੀ ਦੁੱਖ ਵਾਲੀ ਗੱਲ ਆ ਕਿ ਜਿਹੜੀ ਬੀਐਸਪੀ ਇੱਕ ਨੈਸ਼ਨਲ ਪਾਰਟੀ ਆ ਔਰ ਜਿਸ ਤਰੀਕੇ ਨਾਲ ਅੱਜ ਇੱਕ ਮਖੌਲ ਬਣਾਇਆ ਗਿਆ ਇੱਕ ਟਿਕਟ ਦਾ ਪਹਿਲਾਂ ਟਿਕਟ ਇੱਕ ਉਮੀਦਵਾਰ ਨੂੰ ਦਿੱਤੀ ਫਿਰ ਇੱਕ ਹੋਰ ਵਿਅਕਤੀ ਦੂਜੀ ਟਿਕਟ ਲੈ ਆਇਆ ਇਸ ਤੋਂ ਸਾਫ਼ ਪਤਾ ਚੱਲਦਾ ਕਿ ਇਹ ਜਿਹੜਾ ਟਿਕਟ ਆ ਇਹ ਬੀਐਸਪੀ ਦੇ ਜਿਹੜੇ ਸੀਨੀਅਰ ਲੀਡਰਸ਼ਿਪ ਆ ਇਹ ਬੀਐਸਪੀ ਦੇ ਕਾਡਰ ਨੂੰ ਵੇਚਣ ਦੀ ਕੋਸ਼ਿਸ਼ ਕਰਦੀ ਆ ਟਿਕਟ ਵੇਚਣ ਦੀ ਕੋਸ਼ਿਸ਼ ਕਰਦੀ ਨਹੀਂ ਤਾਂ ਜਿਸ ਬੰਦੇ ਨੂੰ ਇੱਕ ਵਾਰੀ ਟਿਕਟ ਮਿਲ ਗਈ ਦੂਜੀ ਟਿਕਟ ਆਉਣ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਸੀ ਇਹਨੂੰ ਹੋਰ ਕੀ ਸਮਝਿਆ ਜਾਵੇ ਸੋ ਮੈਂ ਸਮਝਦਾ ਬੜੀ ਮਨਪਾਕੀ ਗੱਲ ਹੈ ਕਿ ਅੱਜ ਇੱਦਾਂ ਦੀ ਨੈਸ਼ਨਲ ਪਾਰਟੀਜ਼ ਨੇ ਆਪਣੀ ਪਾਰਟੀਆਂ ਨੂੰ ਇੱਕ ਵਪਾਰ ਬਣਾ ਲਿਆ ਸੋ ਮੈਂ ਸਮਝਦਾ ਕਿ ਲੋਕਾਂ ਨੂੰ ਇਸ ਗੱਲ ਨੂੰ ਬਹੁਤ ਬਰੀਕੀ ਨਾਲ ਸੋਚਣ ਦੀ ਲੋੜ ਆ ਕਿ ਜਿਹੜੇ ਇੱਦਾਂ ਦੀ ਪਾਰਟੀਆਂ ਜਾਂ ਇੱਦਾਂ ਦੇ ਲੋਕ ਆ ਉਹਨਾਂ ਤੋਂ ਸਾਨੂੰ ਬਚਣ ਦੀ ਲੋੜ